ਖਬਰਾਂ ਦੇ ਵਿਸਤਾਰ ਦੇ ਵਿੱਚ ਸਭ ਤੋਂ ਪਹਿਲਾਂ ਐਤਵਾਰ ਦੀਆਂ ਚੋਣ ਸਰਗਰਮੀਆਂ ਦਾ ਜ਼ਿਕਰ ਕਰਾਂਗੇ ਕਾਂਗਰਸ ਨੇ ਪੰਜਾਬ ਦੇ ਵਿੱਚ ਪਹਿਲੇ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਪੀਐਮ ਮੋਦੀ ਦੇ ਵੱਲੋਂ ਬੀਜੇਪੀ ਦਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ ਤੇ ਆਮ ਆਦਮੀ ਪਾਰਟੀ ਨੇ ਕਾਲਾ ਅਕਾਲੀ ਦਲ ਨੂੰ ਝਟਕਾ ਦਿੱਤਾ ਜਲੰਧਰ ਤੋਂ ਟੀਨੂ ਨੂੰ ਖਿੱਚ ਕੇ ਆਮ ਆਦਮੀ ਪਾਰਟੀ ਚ ਲੈ ਗਏ ਨੇ ਸਿਮਰਨਜੀਤ ਸਿੰਘ ਮਾਨ ਨੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਚੋਣ ਮੈਦਾਨ ਦੇ ਵਿੱਚ ਖੜਾ ਕਰ ਦਿੱਤਾ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਕੱਲ ਲੋਕ ਸਭਾ ਚੋਣਾਂ ਦੇ ਲਈ ਪੰਜਾਬ ਚ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਇੱਕ ਦੋ ਨਾਮ ਹੈਰਾਨ ਕਰਨ ਵਾਲੇ ਨੇ 2 ਦਿਨ ਪਹਿਲਾਂ ਸਕ੍ਰੀਨਿੰਗ ਕਮੇਟੀ ਨੇ ਪਹਿਲੀ ਸੂਚੀ ਨੂੰ ਅੰਤਿਮ ਛੋਹਾਂ ਦੇਣ ਤੋਂ ਬਾਅਦ ਕਮੇਟੀ ਨੂੰ ਨਵਾਂ ਸੰਬੰਧੀ ਸਿਫਾਰਿਸ਼ ਭੇਜ ਦਿੱਤੀ ਸੀ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਤੇ ਮੋੜ ਪਾਰਟੀ ਨੇ ਭਰੋਸਾ ਜਤਾਇਆ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵੀ ਡਾਕਟਰ ਅਮਰ ਸਿੰਘ ਨੂੰ ਹੀ ਖੜਾ ਕੀਤਾ ਗਿਆ ਹੈ ਜਲੰਧਰ ਰਾਖਵੀ ਸੀਟ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਗਈ ਹੈ ਜਦਕਿ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਪੰਜਾਬ ਦੀ ਸਭ ਤੋਂ ਹੌਟ ਸੀਟ ਸੰਗਰੂਰ ਦੇ ਚੋਣ ਮੈਦਾਨ ਦੇ ਵਿੱਚ ਪਾਰਟੀ ਨੇ ਉਤਾਰਿਆ ਹੈ ਬਠਿੰਡਾ ਤੋਂ ਜੀਤਵਿੰਦਰ ਸਿੰਘ ਸਿੱਧੂ ਦਾ ਨਾਮ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਪਟਿਆਲਾ ਦੇ ਵਿੱਚ ਟਕਸਾਲੀ ਕਾਂਗਰਸੀ ਲੀਡਰਾਂ ਤੇ ਵਰਕ ਦੀ ਨਰਾਜ਼ਗੀ ਨੂੰ ਦਰਕਿਨਾਰ ਕਰਕੇ ਕਾਂਗਰਸ ਨੇ ਡਾਕਟਰ ਧਰਮਵੀਰ ਗਾਂਧੀ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਿਆ ਹੈ ਤੇ ਬਠਿੰਡਾ ਸੀਟ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਾਰਟੀ ਨੇ ਝਟਕਾ ਦਿੱਤਾ ਹੈ ਕਿਉਂਕਿ ਬਠਿੰਡਾ ਹਲਕੇ ਤੋਂ ਉਹਨਾਂ ਦੀ ਪਤਨੀ ਅਮਰਤਾ ਵੜਿੰਗ ਦਾਅਵੇਦਾਰੀ ਜਤਾ ਰਹੀ ਸੀ ਜੀਤਮਿੰਦਰ ਸਿੰਘ ਸਿੱਧੂ ਉਹ ਲੀਡਰ ਨੇ ਜਿਹੜੇ ਸਿਆਸਤ ਦੀ ਸ਼ੁਰੂਆਤ ਵਿੱਚ ਹੀ ਤਲਵੰਡੀ ਸਾਬੋ ਤੋਂ ਚੋਣ ਹਾਰ ਗਏ ਸਨ 2002 ਦੇ ਵਿੱਚ ਆਜ਼ਾਦ ਉਮੀਦਵਾਰਾਂ ਜੋ ਜਿੱਤ ਗਏ ਸਨ ਕਾਂਗਰਸ ਦੀ ਟਿਕਟ ਤੇ ਉਹਨਾਂ ਨੇ 2007 ਤੇ 12 ਦੇ ਵਿੱਚ ਚੋਣ ਜਿੱਤੀ ਸੀ 14 ਦੇ ਵਿੱਚ ਉਹ ਅਕਾਲੀ ਦਲ ਵਿੱਚ ਚਲੇ ਗਏ ਸਨ ਅਤੇ 14 ਵਿੱਚ ਅਕਾਲੀ ਦਲ ਵੱਲੋਂ ਵੀ ਚੋਣ ਜਿੱਤੀ ਪਿਛਲੇ ਸਾਲ 13 ਅਕਤੂਬਰ ਨੂੰ ਉਹਨਾਂ ਨੇ ਫੇਰ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਤੇ ਹੁਣ ਇਕਦਮ ਕਾਂਗਰਸ ਪਾਰਟੀ ਵੱਲੋਂ ਜੀਤਮਿੰਦਰ ਸਿੰਘ ਸਿੱਧੂ ਦਾ ਨਾਮ ਜਿਹੜਾ ਐਲਾਨਿਆ ਗਿਆ ਬਠਿੰਡਾ ਸੀਟ ਤੋਂ ਉਸ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੜਿੰਗ ਦੀਆਂ ਗਿਣਤੀਆਂ ਮਿਲਤੀਆਂ ਜ਼ਰੂਰ ਵਿਗਾੜ ਦਿੱਤੀਆਂ ਨੇ ਸੰਗਰੂਰ ਤੋਂ ਸੁਖਪਾਲ ਸਿੰਘ ਖੈਰਾ ਨੂੰ ਮੈਦਾਨ ਵਿੱਚ ਉਤਾਰੇ ਜਾਣ ਨਾਲ ਇਹ ਸੀਟ ਹੁਣ ਹੋਰ ਵੀ ਦਿਲਚਸਪ ਬਣ ਗਈ ਹੈ ਆਮ ਆਦਮੀ ਪਾਰਟੀ ਵੱਲੋਂ ਇੱਥੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤੇਅਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਕਾਲੀ ਦਲ ਨੇ ਇਕਬਾਲ ਸਿੰਘ ਝੁੰਡਾ ਤੇ ਭਰੋਸਾ ਜਤਾਇਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਵੱਲੋਂ ਮੌਜੂਦਾ ਐਮਪੀ ਸਿਮਰਨਜੀਤ ਸਿੰਘ ਮਾਨ ਇਸੇ ਹਲਕੇ ਤੋਂ ਹੀ ਟੱਕਰ ਦੇ ਰਹੇ ਨੇ ਯਾਨੀ ਕਿ ਇਸ ਹਲਕੇ ਤੋਂ ਮੁਕਾਬਲਾ ਦੂਰਾ ਜਾਂ ਤੀਰਾ ਨਹੀਂ ਬਲਕਿ ਚੌਰਾ ਮੁਕਾਬਲਾ ਹੋਵੇਗਾ ਅੰਮ੍ਰਿਤਸਰ ਤੋਂ ਔਜਲ ਲਗਾਤਾਰ ਤੀਸਰੀ ਵਾਰੀ ਲੋਕ ਸਭਾ ਚੋਣ ਲੜਨਗੇ ਡਾਕਟਰ ਅਮਰ ਸਿੰਘ ਪਾਰਟੀ ਦਾ ਭਰੋਸਾ ਜਿੱਤਣ ਦੇ ਵਿੱਚ ਤਾਂ ਕਾਮਯਾਬ ਰਹੇ ਨੇ ਪਰ ਕੀ ਫਤਿਹਗੜ ਸਾਹਿਬ ਦੇ ਲੋਕਾਂ ਦਾ ਭਰੋਸਾ ਮੁੜ ਤੋਂ ਜਿੱਤ ਸਕਣਗੇ ਇਹ ਵੋਟਾਂ ਦੇ ਵਿੱਚ ਹੀ ਪਤਾ ਲੱਗੂਗਾ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਦੇ ਵਿੱਚ ਕਾਫੀ ਚੰਗਾ ਅਸਰ ਸੂਖ ਰੱਖਦੇ ਨੇ ਤੇ ਉਹਨਾਂ ਹੱਕ ਵਿੱਚ ਜਾਂਦੀ ਇਹ ਗੱਲ ਮਹਾਰਾਣੀ ਪਰਨੀਤ ਕੌਰ ਨੂੰ ਮੁਸ਼ਕਲ ਵਿੱਚ ਪਾ ਸਕਦੀ ਹੈ ਪਾਰਟੀ ਵੱਲੋਂ ਟਿਕਟਾਂ ਮਿਲਣ ਤੇ ਸਾਰੇ ਲੀਡਰਾਂ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਕਾਂਗਰਸ ਹਾਈ ਕਮਾਂਡ ਨੇ ਇਸ ਤਾਜ਼ਾ ਸੂਚੀ ਦੇ ਵਿੱਚ ਪੰਜਾਬ ਦੀਆਂ 6 ਸੀਟਾਂ ਤੋਂ ਇਲਾਵਾ ਯੂਪੀ ਦੀ ਇੱਕ ਅਤੇ ਦਿੱਲੀ ਦੀਆਂ 3 ਸੀਟਾਂ ਦਾ ਵੀ ਐਲਾਨ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕੱਲ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਦੋਂ ਵੱਡਾ ਝਟਕਾ ਦਿੱਤਾ ਜਦੋਂ ਅਕਾਲੀ ਲੀਡਰ ਜਿਹੜੇ ਦੋ ਵਾਰੀ ਦੇ ਵਿਧਾਇਕ ਵੀ ਰਹੇ ਹਨ ਪਵਨ ਕੁਮਾਰ ਟੀਨੂ ਉਨ੍ਹਾਂ ਦੇ ਨਾਲ ਪੀਏਸੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਚੰਨੀ ਇਹ ਦੋਵੇਂ ਲੀਡਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਹਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਟਿੱਨੂ ਕੱਦਾਵਰ ਦਲਿਤ ਨੇਤਾ ਵਜੋਂ ਜਾਣੇ ਜਾਂਦੇ ਨੇ ਜਦ ਕਿ ਚੰਨੀ ਅਕਾਲੀ ਦਲ ਦੇ ਵਿੱਚ ਵਾਪਸੀ ਤੋਂ ਬਾਅਦ ਕੁਝ ਸਮਾਂ ਪਹਿਲਾਂ ਹੀ ਪੀਏਸੀ ਦੇ ਮੈਂਬਰ ਬਣੇ ਸਨ ਮੁੱਖ ਮੰਤਰੀ ਭਗਵੰਤ ਮਾਨ ਦੇ ਪਿਛਲੇ ਦਿਨੀ ਕੀਤੇ ਐਲਾਨ ਦੇ ਮੁਤਾਬਿਕ ਕੱਲ 16 ਅਪ੍ਰੈਲ ਨੂੰ ਪਾਰਟੀ ਦੇ ਵੱਲੋਂ ਜਲੰਧਰ ਤੇ ਲੁਧਿਆਣਾ ਦੀਆਂ ਸੀਟਾਂ ਦਾ ਐਲਾਨ ਕੀਤਾ ਜਾਣਾ ਹੈ ਤੇ ਉਸ ਤੋਂ ਪਹਿਲਾਂ ਪਵਨ ਤਿੰਨੂ ਦਾ ਪਾਰਟੀ ਵਿੱਚ ਸ਼ਾਮਿਲ ਹੋਣਾ ਸਪਸ਼ਟ ਸੰਕੇਤ ਦਿੰਦਾ ਹੈ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਸੁਸ਼ੀਲ ਕੁਮਾਰ ਰਿੰਕ ਤੋਂ ਬਾਅਦ ਹੁਣ ਪਵਨ ਕੁਮਾਰ ਤਿੰਨੂ ਹੀ ਉਮੀਦਵਾਰ ਹੋਣਗੇ ਜਲੰਧਰ ਸੀਟ ਵੀ ਪੰਜਾਬ ਦੀਆਂ ਹੌਟ ਸੀਟਾਂ ਦੇ ਵਿੱਚੋਂ ਇੱਕ ਹੈ ਤੇ ਹੁਣ ਇੱਥੇ ਸੁਸ਼ੀਲ ਕੁਮਾਰ ਰਿੰਕੂ ਭਾਜਪੀ ਦੇ ਵੱਲੋਂ ਅਤੇ ਕਾਂਗਰਸ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਮ ਆਦਮੀ ਪਾਰਟੀ ਵੱਲੋਂ ਪਵਨ ਕੁਮਾਰ ਤੀਨੂ ਚੋਣ ਮੈਦਾਨ ਦੇ ਵਿੱਚ ਡੱਟ ਗਏ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੱਡੀ ਸਮੱਸਿਆ ਇਹ ਹੈ ਕਿ ਜਲੰਧਰ ਤੋਂ ਪਾਰਟੀ ਕਿਹੜਾ ਉਮੀਦਵਾਰ ਖੜਾ ਕਰੇਗੀ ਕਿਉਂਕਿ ਪਾਰਟੀ ਦੇ ਵੱਲੋਂ ਪਵਨ ਕੁਮਾਰ ਟੀਨੂ ਨੂੰ ਹੀ ਜਲੰਧਰ ਤੋਂ ਉਮੀਦਵਾਰ ਬਣਾਏ ਜਾਣ ਦਾ ਫੈਸਲਾ ਫਾਈਨਲ ਕਰ ਲਿਆ ਗਿਆ ਸੀ ਜਲੰਧਰ ਤੋਂ ਉਮੀਦਵਾਰ ਦਾ ਨਾਮ ਐਲਾਨੇ ਜਾਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਵੱਡੀ ਸਮੱਸਿਆ ਤਾਂ ਦੂਰ ਹੋ ਗਈ ਹੈ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਪਾਰਟੀ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਉਦੋਂ ਸ਼ਾਮਲ ਹੋ ਗਏ ਸਨ ਜਦੋਂ ਪਾਰਟੀ ਨੇ ਨਾਮ ਵੀ ਅਨਾਉਂਸ ਕਰ ਦਿੱਤਾ ਸੀ ਸੋ ਇਥੇ ਉਮੀਦਵਾਰ ਖੜੇ ਕਰਨ ਦਾ ਮਸਲਾ ਤਾਂ ਹੱਲ ਹੋ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਕੀ ਕਰੂ ਕਿਹਨੂੰ ਲੈ ਕੇ ਆਉ ਇਹ ਹੁਣ ਅਕਾਲੀ ਦਲ ਦੀ ਅਗਲੀ ਸੂਚੀ ਵਿੱਚ ਪਤਾ ਲੱਗ ਸਕਦਾ ਹੈ ਬਹਾਜਨ ਸਮਾਜ ਪਾਰਟੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਟੀਨੂ ਨੇ 2002 ਦੀ ਵਿਧਾਨ ਸਭਾ ਚੋਣ ਜਲੰਧਰ ਪੱਛਮੀ ਤੋਂ ਮਹਿੰਦਰ ਸਿੰਘ ਕੇਪੀ ਦੇ ਵਿਰੁੱਧ ਲੜੀ ਸੀ 2004 ਦੇ ਵਿੱਚ ਪਹਿਲੀ ਵਾਰੀ ਉਹਨਾਂ ਨੇ ਫਲੋਰ ਹਲਕੇ ਤੋਂ ਲੋਕ ਸਭਾ ਦੀ ਚੋਣ ਲੜੀ ਸੀ 8 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਸਾਬਕਾ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨਾਲ ਹੀ ਉਹਨਾਂ ਨੇ ਆਪਣੀ ਬਹਾਜਨ ਕ੍ਰਾਂਤੀ ਪਾਰਟੀ ਦਾ ਅਕਾਲੀ ਦਲ ਚਰਲੇਵਾ ਕਰ ਦਿੱਤਾ ਸੀ 14 ਦੇ ਵਿੱਚ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜੀ ਪਰ ਚੌਧਰੀ ਸੰਤੋਖ ਸਿੰਘ ਤੋਂ 70000 ਵੋਟਾਂ ਨਾਲ ਹਾਰ ਗਏ ਸਨ ਤੇ ਹੁਣ ਤੀਸਰੀ ਵਾਰੀ ਆਪਣੀ ਕਿਸਮਤ ਅਜ਼ਮਾਉਣਗੇ ਇਤਫਾਕ ਹੀ ਹੈ ਕਿ ਟੀਨੂ ਹਰੇਕ 10 ਸਾਲਾਂ ਬਾਅਦ ਪਾਰਟੀ ਬਦਲ ਕੇ ਚੋਣ ਲੜਦੇ ਆ ਰਹੇ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਵੀ ਕੱਲ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਤੇ ਲੋਕਾਂ ਤੋਂ ਤੀਜੀ ਵਾਰੀ ਸਰਕਾਰ ਬਣਾਉਣ ਦੇ ਲਈ ਵੋਟਾਂ ਮੰਗੀਆਂ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਨਸੀਹਤ ਵੀ ਦੇ ਦਿੱਤੀ ਕਿ ਅਗਲੇ 1000 ਸਾਲਾਂ ਦੇ ਲਈ ਭਾਰਤ ਦੀ ਤਕਦੀਰ ਨੂੰ ਆਕਾਰ ਦੇਣ ਦੇ ਲਈ ਉਹਨਾਂ ਦੀ ਪਾਰਟੀ ਯਾਨਕਿ ਭਾਜਪੀ ਨੂੰ ਮੁਰ ਤੋਂ ਫਤਵਾ ਦੇਣ ਭਾਜਪੀ ਨੂੰ ਜਿਤਾ ਦੇਣ ਪਾਰਟੀ ਦੇ ਚੋਣ ਮਨੋਰਥ ਪੱਤਰ ਨੂੰ ਪੀਐਮ ਮੋਦੀ ਨੇ ਸੰਕਲਪ ਪੱਤਰ ਦਾ ਨਾਮ ਦਿੱਤਾ ਅਤੇ ਇਸ ਸੰਕਲਪਕ ਪੱਤਰ ਨੂੰ ਫਿਰ ਗਰੰਟੀ ਦਸਤਾਵੇਜ਼ ਕਰਾਰ ਦਿੱਤਾ ਭਾਜਪੀ ਨੇ ਕੱਲ 10 ਸਾਲਾਂ ਦੀ ਆਪਣੀ ਪਾਰਟੀ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ ਤੇ ਦਾਵਾ ਕੀਤਾ ਕਿ ਉਹਨਾਂ ਦੀ ਪਾਰਟੀ ਨੇ ਲੋਕਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕੀਤਾ ਹੈ ਵਾਜਵਾਨੇ ਵੀ ਕਾਂਗਰਸ ਦੀ ਤਰਸ ਤੇ ਲੋਕਾਂ ਨੂੰ ਪੰਜ ਗਰੰਟੀਆਂ ਦਿੱਤੀਆਂ ਅਤੇ ਇਹਨਾਂ ਨੂੰ ਪੂਰਾ ਕਰਨ ਦਾ ਫੇਰ ਵਾਅਦਾ ਕੀਤਾ। ਮੋਦੀ ਨੇ ਇਸ ਮੌਕੇ ਵੱਖ-ਵੱਖ ਵਰਗਾਂ ਦੇ ਖੇਤਰਾਂ ਦੇ ਲੋਕਾਂ ਨੂੰ ਮੰਚ ਤੇ ਬੁਲਾਇਆ ਤੇ ਸੰਕਲਪ ਪੱਤਰ ਦੀ ਪਹਿਲੀ ਕਾਪੀ ਉਹਨਾਂ ਨੂੰ ਸੌਂਪੀ। ਦੇਸ਼ਵਾਸੀਆਂ ਦੇ ਨਾਲ ਜਿਹੜੇ ਪੰਜ ਵਾਅਦੇ ਪੀਐਮ ਨੇ ਕੀਤੇ ਨੇ 2029 ਤੱਕ ਲੋੜਵੰਦ ਲੋਕਾਂ ਦੇ ਲਈ ਮੁਫਤ ਰਾਸ਼ਨ ਸਕੀਮ ਐਂਡ ਜੀ ਉਸ ਨੂੰ ਜਾਰੀ ਰੱਖਿਆ ਜਾਊਗਾ। ਆਯੂਸ਼ਮਨ ਯੋਜਨਾ ਤਹਿਤ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦਾ ਵਾਅਦਾ ਕੀਤਾ। ਮੋਦਰਾ ਯੋਜਨਾ ਤਹਿਤ ਲੋਨ ਦੀ ਸੀਮਾ 20 ਲੱਖ ਰੁਪਏ ਹੋਵੇਗੀ। ਗਰੀਬਾਂ ਨੂੰ 3 ਕਰੋੜ ਘਰ ਤੇ ਜਾਣਗੇ ਇੱਕ ਰਾਸ਼ਟਰੀ ਇੱਕ ਚੋਣ ਤੇ ਇੱਕ ਸਾਂਝੀ ਵੋਟਰ ਸੂਚੀ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਵਧਾਉਣ ਤੇ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਦਾ ਵੀ ਪੀਐਮ ਮੋਦੀ ਨੇ ਲੋਕਾਂ ਨਾਲ ਵਾਅਦਾ ਕੀਤਾ ਉਹਨਾਂ ਕਿਹਾ ਕਿ ਇਹ ਸੰਕਲਪ ਪੱਤਰ ਵਿਕਸਿਤ ਭਾਰਤ ਦੇ ਚਾਰ ਮਜ਼ਬੂਤ ਥੰਮਾ ਯੁਵਾ ਸ਼ਕਤੀ ਨਾਰੀ ਸ਼ਕਤੀ ਗਰੀਬ ਤੇ ਕਿਸਾਨਾਂ ਨੂੰ ਮਜ਼ਬੂਤ ਕਰੇਗਾ ਯਾਨੀ ਕਿ ਭਾਜਪਾ ਦੇ ਇਸ ਸੰਕਲਪ ਪੱਤਰ ਦੇ ਵਿੱਚ ਲੋਕਾਂ ਨੂੰ ਕਈ ਮੁਫਤ ਸਹੂਲਤਾਂ ਦੇ ਦਾਵਾ ਵਾਅਦਾ ਕੀਤਾ ਗਿਆ ਆਪ ਹਮ ਕਰੋੜੋਂ ਪਰਿਵਾਰੋਂ ਕਾ बिजली बिल जीरो करने और बिजली से कमाई के अवसर पैदा करने की दिशा में काम करेंगे पीएम सूर्य घर मुफ्त बिजली योजना हमने लागू की है एक करोड़ लोग इस पर रजिस्ट्री करा चुके हैं अब तक भाजपा का संकल्प है कि इस योजना पर ਔਰ ਤੇਜ਼ੀ سے ਕੰਮ ਕੀਤਾ ਜਾਏਗਾ। ਦੂਸਰੇ ਪਾਸੇ ਮੁਖ ਵਿਰੋਧੀ ਪਾਰਟੀ ਕਾਂਗਰਸ ਨੇ ਬੀਜੇਪੀ ਦੇ ਸਟੋਨ ਮੈਨੀਫੈਸਟੋ ਨੂੰ ਜੁਮਲਾ ਪੱਤਰ ਕਰਾਰ ਦਿੱਤਾ ਹੈ ਜਿਹੜਾ ਸਿਰਫ ਤੇ ਸਿਰਫ ਸ਼ਬਦ ਜਾਲ ਨਾਲ ਹੀ ਭਰਿਆ ਹੋਇਆ ਹੈ। ਕਾਂਗਰਸ ਪ੍ਰਧਾਨ ਮਲਿਕ ਅਰਜਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਰੰਟੀ ਜੁਮਲਿਆਂ ਦੀ ਵਾਰੰਟੀ ਹੈ ਕਿਉਂਕਿ ਉਹ ਆਪਣੇ ਪੁਰਾਣੇ ਵਾਅਦਿਆਂ ਨੂੰ ਪੂਰਾਉਣ ਦੇ ਵਿੱਚ ਨਾਕਾਮ ਰਹੇ ਨੇ। ਪਾਰਟੀ ਨੇ ਦੋਸ਼ ਲਾਇਆ ਕਿ ਮੋਦੀ ਨੌਕਰੀਆਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੇ ਮਹਿੰਗਾਈ ਦੇ ਟੱਕਰੇ ਨੂੰ ਲੈ ਕੇ ਆਪਣੇ ਪੁਰਾਣੇ ਵਾਅਦੇ ਤਾਂ ਤੱਕ ਖਰੇ ਨਹੀਂ ਉਤਰੇ ਹੁਣ 2047 ਤੱਕ ਦੀਆਂ ਗੱਲਾਂ ਹਨੇ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਇਸ ਮੈਨੀਫੈਸਟੋ ਨੂੰ ਮਾਫੀ ਨਾਵੇਂ ਦਾ ਨਾਂ ਦਿੱਤਾ ਜਾਣਾ ਚਾਹੀਦਾ ਸੀ ਕਿਉਂਕਿ ਉਹਨਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਖਾਸ ਤੌਰ ਤੇ ਕਿਸਾਨਾਂ ਨੌਜਵਾਨਾਂ ਅਤੇ ਲੋੜਵੰਦ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਖਾਣੇ ਪੀਣੇ ਕੇ اور ਸਭੀ ਚੀਜ਼ੇ ਇਹ ਆਕਾਸ ਕੋ ਪਹੁੰਚੇ ਹੈ ਉਸ ਵੀ ਉਹਨਕੋ ਫਿਕਰ ਨਹੀਂ ਹੈ ਇਨਫਲੇਸ਼ਨ ਕੀ ਅਨਪਲੋਇਮੈਂਟ ਕੀ اور ਜੋ उन्होंने पहले पिक्चर बताया वो क्या बोलते ट्रेलर बोलते थे वो तो उस ट्रेलर में ना डीजल की कमी दिखा रही ना पेट्रोल का दिख रहा है ना और किसी गैस का कुछ भी नहीं है क्या है और इसने आके इतना बढ़ा दिया कि किसी सरकार ने छोटे से टेन्यूअल में ਸੈਂਕੜੇ ਰੁਪਏ ਨਹੀਂ ਬੜੇ। aur ye aadmi jo 10 saal mein garibon ke liye ਕੁੱਛ ਨਹੀਂ ਕਰ ਸਕਾ ਇਹ ਸਭ ਉਦਾਹਰਨ ਹੈ ਆਪਣੇ ਪੰਛੀ ਭਾਜਪਾ ਦੇ ਸੰਕਲਪ ਪੱਤਰ ਤੇ ਆਮ ਆਦਮੀ ਪਾਰਟੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਦਿੱਲੀ ਦੀ ਕੈਬਨਿਟ ਮੰਤਰੀ ਆਤਸ਼ੀ ਨੇ ਵੀ ਇਸ ਸੰਕਲਪ ਪੱਤਰ ਨੂੰ ਜੁਮਲਾ ਪੱਤਰ ਦੱਸਦਿਆਂ ਕਿਹਾ ਕਿ ਭਾਜਪਾ ਦੇ ਜੁਮਲਾ ਪੱਤਰ ਦੀ ਪੂਰੀ ਕਾਲੀ ਕਿਤਾਬ ਉਹਨਾਂ ਵਾਅਦਿਆਂ ਨੂੰ ਲੈ ਕੇ ਸਾਹਮਣੇ ਆਈ ਹੈ ਜੋ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ ਪੂਰੇ ਹੀ ਨਹੀਂ ਕੀਤੇ ਆਤਸ਼ੀ ਨੇ ਮਹਿੰਗਾਈ ਸੇਤ ਹੋਰ ਕਈ ਮੁੱਦਿਆਂ ਤੇ ਵੀ ਬੀਜੇਪੀ ਨੂੰ ਘੇਰਿਆ 2014 ਸੇ 2024 ਤੱਕ भारत में सत्तर प्रतिशत महंगाई बढ़ी है ये पूरे दुनिया के देशों में टर्की के बाद दूसरे नंबर पर है भारत नौकरियों में ऊपर नहीं है भारत आर्थिक विकास में आगे नहीं है भारत जीडीपी में ऊपर नहीं है लेकिन दुनिया के आंकड़ों में इंटरनेशनल आंकड़ों में مہنگائی میں دنیا میں نمبر 2 پر مودی جی نے بھارت کو پہنچا دیا ਉਦਸ ਸੰਗਰੂਰ ਦੇ ਵਿੱਚ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਸੂਚੀ ਦਾ ਐਲਾਨ ਕੀਤਾ ਹੈ ਅਤੇ ਢੀਂਟਾ ਸਾਹ ਪਰਿਵਾਰ ਨੂੰ ਕਿਨਾਰੇ ਤੇ ਕਰਕੇ ਇਕਬਾਲ ਸਿੰਘ ਝੁੰਦਾ ਤੇ ਭਰੋਸਾ ਜਤਾਇਆ ਤਾਂ ਢੀਂਟਾ ਪਰਿਵਾਰ ਇਥੇ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਹੈ ਢੀਂਟਾ ਦੇ ਨੇੜਲੇਆਂ ਦੇ ਵਿੱਚ ਮਾਇੂਸੀ ਛਾ ਗਈ ਹੈ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਕੀ ਹੁਣ ਢੀਂਟਾ ਪਰਿਵਾਰ ਕਿਸੇ ਹੋਰ ਪਾਰਟੀ ਦਾ ਪੱਲਾ ਫੜੇਗਾ ਇਸ ਸਵਾਲ ਨੂੰ ਲੈ ਕੇ ਢੀਂਟਾ ਪਰਿਵਾਰ ਖੁਦ ਵੀ ਸਿਆਸੀ ਮੰਥਨ ਵਿੱਚ ਕਹਿੰਦੇ ਜੁਟਿਆ ਹੋਇਆ ਸੂਤਰਾਂ ਤੋਂ ਪਤਾ ਲੱਗਿਆ ਕਿ ਸੀਨੀਅਰ ਅਕਾਲੀ ਲੀਡਰ ਢੀਂਟਾ ਨਵੀਆਂ ਪ੍ਰਸਥਿਤੀਆਂ ਦੇ ਵਿੱਚ ਪਰਮਿੰਦਰ ਸਿੰਘ ਢੀਂਟਸਾ ਹਾਲੇ ਭਾਜਪਾ ਚ ਜਾਣ ਦੇ ਰੌਂ ਵਿੱਚ ਨਹੀਂ ਹਨ ਸੂਤਰ ਦੱਸਦੇ ਨੇ ਕਿ ਭਾਜਪਾ ਵੱਲੋਂ ਢੀਂਟਸਾ ਪਰਿਵਾਰ ਨੂੰ ਟਿਕਟ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ ਅਜਿਹੇ ਹਾਲਾਤਾਂ ਦੇ ਵਿੱਚ ਪਰਿਵਾਰ ਦੇ ਲਈ ਸਥਿਤੀ ਕਾਫੀ ਕਸੂਤੀ ਬਣੀ ਹੋਈ ਹੈ ਕਾਲੇ ਵਿੱਚ ਲਿਆ ਫੈਸਲਾ ਕਿਤੇ ਪੁੱਠਾ ਨਾ ਪੈ ਜਾਵੇ ਇਸ ਕਰਕੇ ਪਰਿਵਾਰ ਮੰਥਨ ਦੇ ਵਿੱਚ ਲੱਗਿਆ ਹੋਇਆ ਹੈ ਤੇ ਜੇ ਅਜਿਹਾ ਕੁਝ ਵੀ ਹੁੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਏਕਤਾ ਤੇ ਮੁਰ ਤੋਂ ਖਤਰੇ ਦੇ ਬੱਦਲ ਮੰਡਰਾਉਣ ਲੱਗਣਗੇ ਕਿਉਂਕਿ ਢੀਂਟਸਾ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਉਹਨਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਜਦੋਂ ਪਹਿਲੀ ਸੂਚੀ ਤਿਆਰ ਕੀਤੀ ਗਈ ਵੱਡੀ ਗਿਣਤੀ ਵਿੱਚ ਕੱਲ ਤੜਕੇ ਢੀਂਟਸਾ ਰਹਾਇਸ਼ ਤੇ ਉਹਨਾਂ ਦੇ ਸਮਰਥਕ ਵੀ ਪਹੁੰਚੇ ਸਨ ਜਿਨ੍ਹਾਂ ਨੇ ਜਜ਼ਬਾਤੀ ਲਹਿਜ਼ੇ ਦੇ ਵਿੱਚ ਪਰਮਿੰਦਰ ਢੀਂਟਸਾ ਨੂੰ ਛੇਤੀ ਕੋਈ ਫੈਸਲਾ ਲੈਣ ਲਈ ਦਬਾਅ ਪਾਇਆ ਪਰ ਢੀਂਟਸਾ ਨੇ ਆਪਣੇ ਸਮਰਥਕਾਂ ਨੂੰ ਹਾਲ ਦੀ ਘੜੀ ਸ਼ਾਂਤ ਰਹਿਣ ਲਈ ਹੀ ਕਿਹਾ ਹੈ 3 ਸਨਵੀਕ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਸੰਗਰੂਰ ਤੋਂ ਪਰਮਿੰਦਰ ਢੀਮ ਸਾਨੂੰ ਉਮੀਦਵਾਰੀ ਦਿੱਤੀ ਜਾਊਗੀ ਪਰ ਕਹਿੰਦੇ ਹੁਣ ਉਹਨਾਂ ਨੂੰ ਭਰੋਸੇ ਵਿੱਚ ਲਏ ਤੋਂ ਬਿਨਾਂ ਹੀ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਉਧਰ ਬਠਿੰਡੇ ਵੀ ਇਹ ਚਰਚਾ ਚੱਲਣ ਲੱਗੀ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਕਿਸੇ ਹੋਰ ਹਲਕੇ ਤੋਂ ਚੋਣ ਲੜ ਸਕਦੇ ਨੇ ਹਾਲਾਂਕਿ ਹਾਲਾਤਾਂ ਦੇ ਮੁਤਾਬਕ ਅਜਿਹੀ ਸੰਭਾਵਨਾ ਨਹੀਂ ਜਾਪਦੀ ਕਿਉਂਕਿ ਬੀਬੀ ਹਰਸਿਮਰਤ ਕੌਰ ਬਾਦਲ ਤਾਂ ਪਿਛਲੇ ਕਈ ਮਹੀਨਿਆਂ ਤੋਂ ਬਠਿੰਡਾ ਹਲਕੇ ਦੇ ਵਿੱਚ ਤੂਫਾਨੀ ਦੌਰੇ ਕਰ ਰਹੇ ਨੇ ਹਾਲਾਂਕਿ ਅਕਾਲੀ ਦਲ ਦੇ ਵੱਲੋਂ ਬਠਿੰਡਾ ਸੀਟ ਤੋਂ ਐਲਾਨ ਨਹੀਂ ਕੀਤਾ ਗਿਆ ਪਰ ਪਹਿਲੀ ਸੂਚੀ ਦੇ ਵਿੱਚ ਹਰਸਿਮਰਤ ਕੌਰ ਬਾਦਲ ਦਾ ਨਾਮ ਕਿਉਂ ਨਹੀਂ ਆਇਆ ਉਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਤੇ ਦੂਸਰੇ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਨੌਜਵਾਨ ਲੱਖਾ ਸਿਧਾਣਾ ਨੂੰ ਬਠਿੰਡਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਲੱਖਾ ਸਿਧਾਣਾ ਨੇ ਕਿਹਾ ਕਿ ਉਹ ਹਰ ਹਮਖਿਆਲੀ ਪਾਰਟੀ ਦਾ ਸਮਰਥਨ ਲੈਣਗੇ ਤਾਂ ਜੋ ਬਠਿੰਡਾ ਹਲਕੇ ਤੋਂ ਜਿੱਤਿਆ ਜਾ ਸਕੇ ਇਸ ਤੋਂ ਪਹਿਲਾਂ ਲੱਖਾ ਸਿਧਾਣਾ 2022 ਦੇ ਵਿੱਚ ਵਿਧਾਨ ਸਭਾ ਹਲਕਾ ਮੋੜ ਤੋਂ ਵੀ ਚੋਣ ਲੜੇ ਸਨ ਹਾਲਾਂਕਿ ਜਿੱਤ ਨਹੀਂ ਹਾਸਲ ਹੋਈ ਸੀ ਬੀਜੇਪੀ ਦੇ ਉਮੀਦਵਾਰਾਂ ਦਾ ਪੰਜਾਬ ਚ ਲਗਾਤਾਰ ਵਿਰੋਧ ਹੋ ਰਿਹਾ ਹੈ ਹੰਸ ਰਾਜ ਹੰਸ ਦਾ ਵਿਰੋਧ ਕਰਦੇ ਕਿਸਾਨਾਂ ਅਤੇ ਪੁਲਿਸ ਦਰਮਿਆਨ ਕੱਲ ਫਰੀਦਕੋਟ ਹਲਕੇ ਦੇ ਵਿੱਚ ਝੜਪ ਵੀ ਹੋਈ ਪਿੰਡ ਟੂ ਡੀਕੇ ਦੇ ਵਿੱਚ ਕਿਸਾਨ ਬੀਜੇਪੀ ਉਮੀਦਵਾਰ ਹੰਸ ਦਾ ਵਿਰੋਧ ਕਰਨ ਪਹੁੰਚੇ ਤਾਂ ਪੁਲਿਸ ਨੇ ਧੂਕੇ ਗੱਡੀਆਂ ਦੇ ਵਿੱਚ ਸੁੱਟ ਲਿਆ ਤੇ ਥਾਣਾ ਅਜੀਤਵਾਲ ਦੇ ਵਿੱਚ ਬੰਦ ਕਰ ਦਿੱਤਾ ਇਥੇ ਹੰਸਰਾਜ ਹੰਸ ਦੇ ਆਉਣ ਤੋਂ ਪਹਿਲਾਂ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪਾਂ ਵੀ ਹੋਈਆਂ ਹੰਸਰਾਜ ਹੰਸ ਨੇ ਕਿਹਾ ਕਿ ਕਿਸਾਨ ਹਿੰਸਕ ਨਾ ਹੋਣ ਆਪਣੀ ਗੱਲ ਜ਼ਰੂਰ ਕਰਨ ਉਹਨਾਂ ਦੇ ਵਿਰੋਧ ਦਾ ਮੈਂ ਖਿੜੇ ਮੱਥੇ ਸਵਾਗਤ ਕਰਦਾ ਹਾਂ ਬਠਿੰਡਾ ਦੇ ਪੁੱਛੋ ਮੰਡੀ ਤੋਂ ਵੀ ਖਬਰ ਸਾਹਮਣੇ ਆਈ ਹੈ ਜਿੱਥੇ ਕਿਸਾਨਾਂ ਨੇ ਬੀਜੇਪੀ ਦੇ ਲੀਡਰ ਗੁਰਪ੍ਰੀਤ ਸਿੰਘ ਮਲੂਕਾ ਤੇ ਸਰੂਪ ਸਿੰਘਲਾ ਦਾ ਵਿਰੋਧ ਕੀਤਾ ਹਾਲਾਂਕਿ ਇਹ ਕਿਤੇ ਚੋਣਾਂ ਤਾਂ ਨਹੀਂ ਲੜ ਰਹੇ ਪਰ ਬੀਜੇਪੀ ਦੇ ਲੀਡਰ ਹੋਣ ਕਰਕੇ ਇਹਨਾਂ ਦਾ ਵਿਰੋਧ ਹੋਇਆ ਇਸੇ ਤਰ੍ਹਾਂ ਪਟਿਆਲਾ ਤੋਂ ਭਾਜਪੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦਾ ਵੀ ਕਿਸਾਨਾਂ ਨੇ ਵਿਰੋਧ ਕੀਤਾ। ਕੱਲ ਮਹਾਰਾਣੀ ਪ੍ਰਨੀਤ ਕੌਰ ਸਮਾਣਾ ਦੇ ਵਿੱਚ ਪ੍ਰਚਾਰ ਕਰ ਰਹੇ ਸਨ ਜਿਵੇਂ ਹੀ ਕਿਸਾਨਾਂ ਨੇ ਤਿੱਖਾ ਵਿਰੋਧ ਸ਼ੁਰੂ ਕੀਤਾ ਤਾਂ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਗ੍ਰਿਫਤਾਰੀ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਚ ਕਿਸਾਨਾਂ ਨੇ ਫਿਰ ਹਾਈਵੇ ਤੇ ਧਰਨਾ ਦਿੱਤਾ। ਇਸ ਤੋਂ ਪਹਿਲਾਂ ਮਹਾਰਾਣੀ ਪ੍ਰਨੀਤ ਕੌਰ ਦਾ ਪਾਤਣਾ ਬਨੂਰ ਸਮੇਤ ਹੋਰ ਕਈ ਥਾਵਾਂ ਤੇ ਵੀ ਵਿਰੋਧ ਹੋਇਆ ਸੀ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਵਿਵਾਦਿਤ ਬਿਆਨ ਦਾ ਵਿਰੋਧ ਹਾਲੇ ਲਗਾਤਾਰ ਚੱਲ ਰਿਹਾ ਹੈ ਭਾਵੇਂ ਲਾਲਜੀਤ ਭੁੱਲਰ ਮਾਫੀ ਮੰਗ ਚੁੱਕੇ ਨੇ ਪਰ ਇਸ ਦੇ ਬਾਵਜੂਦ ਰਾਮਗੜੀਆ ਬਰਾਦਰੀ ਤੇ ਸੁਨਿਆਰੇ ਭਾਈਚਾਰੇ ਦੇ ਵੱਲੋਂ ਸਬਡਿਵੀਜ਼ਨ ਮੱਲਾਂਵਾਲਾ ਦੇ ਮੇਨ ਚੌਂਕ ਤੇ ਵਿੱਚ ਕੈਬਨਿਟ ਮੰਤਰੀ ਭੁੱਲਰ ਦਾ ਪੁਤਲਾ ਫੂਕਿਆ ਗਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਸ਼ਿਨਿਚਰਵਾਨ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਲਾਲਜੀਤ ਭੁੱਲਰ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਲਾ ਕੇ ਤੁਰੰਤ ਪਰਚਾ ਦਰਜ ਕਰਕੇ ਗ੍ਰਿਫਤਾਰੀ ਦੀ ਮੰਗ ਕੀਤੀ ਸੀ। ਅੰਮ੍ਰਿਤਸਰ ਦੇ ਵਿੱਚ ਤਰਨਜੀਤ ਸਿੰਘ ਸੰਧੂ ਭਾਜਪਾ ਉਮੀਦਵਾਰ ਦਾ ਕਈ ਥਾਵਾਂ ਤੇ ਵਿਰੋਧ ਹੋ ਚੁੱਕਿਆ ਹੈ। ਆਮ ਆਦਮੀ ਪਾਰਟੀ ਵੱਲੋਂ ਇੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਚੋਣ ਮੈਦਾਨ ਦੇ ਵਿੱਚ ਨੇ ਲਗਾਤਾਰ ਪ੍ਰਚਾਰ ਕਰ ਰਹੇ ਨੇ ਤੇ ਕੱਲ੍ਹ ਸਥਿਤੀ ਉਸ ਵੇਲੇ ਔਖੀ ਬਣ ਗਈ ਜਦੋਂ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਆਮ ਆਦਮੀ ਪਾਰਟੀ ਦੇ ਹੀ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੀ ਮੌਜੂਦਗੀ ਵਿੱਚ ਪਾਰਟੀ ਦੀ ਚੰਗੀ ਝਾੜ-ਚਮਕ ਕੀਤੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਤੇ ਰਾਗਵ ਚੱਡਾ ਨੂੰ ਰਗੜੇ ਲਾਏ ਲੋਕ ਟੈਰ ਵਿੱਚ ਖੜਾ ਕਰਦਿਆਂ ਤਿੱਖੇ ਸ਼ਬਦੀ ਹਮਲੇ ਕੀਤੇ ਕੁੰਵਰ ਨੇ ਕਿਹਾ ਕਿ ਪਿਛਲੇ 2 ਸਾਲਾਂ ਦੇ ਸਮੇਂ ਦੌਰਾਨ ਕੇਜਰੀਵਾਲ ਰਾਗਵ ਚੱਡਾ ਤੇ ਭਗਵੰਤ ਮਾਨ ਨੇ ਜੋ ਕੀਤਾ ਉਸ ਤੋਂ ਲੋਕ ਬੇਹੱਦ ਨਾਰਾਜ਼ ਨੇ ਕਿਉਂਕਿ ਸੁਭਾ ਸਰਕਾਰ ਨੇ ਪੰਜਾਬ ਦੇ ਕਈ ਅਹਿਮ ਪੱਖ ਦੇ ਮੁੱਦਿਆਂ ਤੇ ਸਮਝੌਤਾ ਕਰ ਲਿਆ ਜਿਸ ਵਿੱਚ ਨਸ਼ਿਆਂ ਤੇ ਬੇਅਦਬੀ ਦਾ ਮੁੱਦਾ ਅਹਿਮ ਹੈ ਉਦ ਰਾਮਰਸਰ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇੱਕ ਮੈਂਬਰ ਬੀਬੀ ਕਿਰਨ ਜੋਤ ਕੌਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਵੀ ਹੈ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਉਮੀਦਵਾਰ ਤੇ ਅਜਿਹੀ ਟਿੱਪਣੀ ਕੀਤੀ ਜਿਹੜੀ ਚਰਚਾ ਦਾ ਵਿਸ਼ਾ ਬਣ ਗਈ ਹੈ ਉਹਨਾਂ ਟਵੀਟ ਕੀਤਾ ਕਹਿੰਦੇ ਕਿਆ ਸਮਾਂ ਆ ਗਿਆ ਅਕਾਲੀ ਪਿਛੋਕੜ ਵਾਲਾ ਭਾਜਪਾ ਉਮੀਦਵਾਰ ਤੇ ਆਰਐਸਐਸ ਪਿਛੋਕੜ ਵਾਲਾ ਅਕਾਲੀ ਉਮੀਦਵਾਰ ਅੰਮ੍ਰਿਤਸਰ ਲੋਕ ਸਭਾ ਹਲਕਾ 2024 ਇਹ ਵੀ ਜ਼ਿਕਰ ਕੀਤਾ ਕਿਰਨ ਜੋਤ ਕੌਰ ਨੇ ਕਿ ਤਰਨਜੀਤ ਸਿੰਘ ਸੰਧੂ ਦੇ ਪੱਧਰ ਦਾ ਕੋਈ ਉਮੀਦਵਾਰ ਸ਼ਾਇਦ ਸਾਰੇ ਪੰਜਾਬ ਵਿੱਚ ਨਹੀਂ ਹੈ ਕਹਿੰਦੇ ਮੈਂ ਸਿੱਖ ਇਤਿਹਾਸ ਦੇ ਨਜ਼ਰੀਏ ਤੋ ਦੇਖ ਰਹੀ ਹਾਂ 100 ਸਾਲਾਂ ਦੇ ਵਿੱਚ ਨਿਰੋਲ ਪੰਥਕ ਪਾਰਟੀ ਦਾ ਪਿਛਲੇ ਕੁਝ ਸਮੇਂ ਦੇ ਲੀਡਰਾਂ ਨੇ ਕੀ ਹਸ਼ਰਕ ਕੀਤਾ ਇਹ ਆਪਾਂ ਸਾਰੇ ਜਾਣਦੇ ਹਾਂ ਦਰਅਸਲ ਭਾਜਪਾ ਨੇ ਇੱਥੇ ਤਰਨਜੀਤ ਸਿੰਘ ਸੰਧੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਦਕਿ ਅਕਾਲੀ ਦਲ ਨੇ ਇਥੋਂ ਭਾਜਪਾ ਪਿਸ਼ੋਕੜ ਵਾਲੇ ਅਨਿਲ ਜੋਸ਼ੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਦੀ ਜਨਮ ਦਿਵਸ ਮੌਕੇ ਕੱਲ ਆਮ ਆਦਮੀ ਪਾਰਟੀ ਨੇ ਪੰਜਾਬ ਸਣੇ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਸੰਵਿਧਾਨ ਬਚਾਓ ਤਾਨਾਸ਼ਾਹੀ ਹਟਾਓ ਦਾ ਸੱਦਾ ਦਿੱਤਾ ਇਸ ਤਹਿਤ ਰੋਸ ਮੁਜ਼ਾਹਰੇ ਕੀਤੇ ਗਏ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡਾ ਰੋਸ ਮੁਜ਼ਾਹਰਾ ਕੀਤਾ ਅਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਭਾਜਪਾ ਦੀ ਮੋਦੀ ਸਰਕਾਰ ਨੂੰ ਘੇਰਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ ਕਿ ਭਵਿੱਖ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਵਕਤ ਨਵੀਂ ਤਕਨੀਕ ਮੁਤਾਬਕ QR ਕੋਡ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਪਾਵਨ ਸਰੂਪਾਂ ਦੀ ਗਿਣਤੀ ਤੇ ਹੋਰ ਜਾਣਕਾਰੀਆਂ ਨੂੰ ਸੂਚੀਬੱਧ ਕੀਤਾ ਜਾ ਸਕੇ it. ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬਾਨ ਦੇ ਵਿੱਚ ਪ੍ਰਕਾਸ਼ ਕੀਤੇ ਜਾ ਰਹੇ ਤੇ ਸੰਗਤਾਂ پاس ਮੌਜੂਦ ਪਾਵਨ ਸਰੂਪਾਂ ਨੂੰ ਵੀ ਇਸ ਵਿਧੀ ਨਾਲ ਜੋੜਨ ਦੇ ਯਤਨ ਕੀਤੇ ਜਾਣਗੇ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਕੱਲ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਅੰਮ੍ਰਿਤਸਰ ਵਿਖੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਈ ਹੋਰ ਅਹਿਮ ਫੈਸਲੇ ਵੀ ਲਏ ਗਏ ਦਰਸਲ ਕੁਝ ਸਾਲ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 300 ਤੋਂ ਵੱਧ ਸਰੂਪਾਂ ਦਾ ਕੋਈ ਵੀ ਰਿਕਾਰਡ ਨਾ ਮਿਲਣ ਤੋਂ ਬਾਅਦ ਇਹ ਮਾਮਲਾ ਵੱਡੇ ਵਿਵਾਦ ਦਾ ਕਾਰਨ ਬਣਿਆ ਸੀ ਤੇ ਹੁਣ SGPC ਨੇ ਪਾਵਨ ਸਰੂਪਾਂ ਤੇ QR ਕੋਡ ਲਾਉਣ ਦਾ ਫੈਸਲਾ ਲੈ ਹਿਲਿਆ SGBC ਪ੍ਰਧਾਨ ਨੇ ਹੋਰ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਤੇ ਇਸ ਨਾਲ ਸੰਬੰਧਿਤ ਅਧਾਰਾਂ ਦੇ ਮੁਲਾਜ਼ਮਾਂ ਨੂੰ ਪੂਰੀ ਸਰਵਿਸ ਦੌਰਾਨ 2 ਸਾਲ ਤੱਕ ਦੀ ਹੀ ਵਿਦੇਸ਼ੀ ਛੁੱਟੀ ਦਿੱਤੀ ਜਾਵੇਗੀ। IAS IPS PCS ਵਰਗੀਆਂ ਮੁਕਾਬਲਾ ਪ੍ਰੀਖਿਆਵਾਂ ਦੇ ਲਈ ਸਿੱਖ ਨੌਜਵਾਨਾਂ ਨੂੰ ਤਿਆਰ ਕਰਵਾਉਣ ਦੇ ਲਈ ਚਲਾਈ ਜਾ ਰਹੀ ਨਿਸ਼ਚੈ ਅਕੈਡਮੀ ਦੇ ਲਈ ਇੱਕ ਵੱਡੀ ਇਮਾਰਤ ਵੀ ਬਣਾਈ ਜਾਵੇਗੀ ਜਿਹੜੀ ਕਿ ਚੰਡੀਗੜ੍ਹ ਦੇ ਸੈਕਟਰ 44 ਸਥਿਤ ਗੁਰਦੁਆਰਾ ਬਾਗ ਸ਼ਹੀਦਾਂ ਵਿਖੇ ਤਿਆਰ ਕੀਤੀ ਜਾਵੇਗੀ ਜਿਸ ਲਈ ਮੁੱਢਲੇ ਤੌਰ ਤੇ 6.5 ਕਰੋੜ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਐਸਜੀਬੀਸੀ ਪ੍ਰਧਾਨ ਨੇ ਸਿੱਖ ਕੌਮ ਨੂੰ ਇਹ ਵੀ ਸੁਨੇਹਾ ਘੱਲਿਆ ਕਿ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਿਕ ਸਿੱਖ ਭਾਈਚਾਰੇ ਨੇ ਆਪਣੇ ਘਰਾਂ ਦੇ ਵਿਸਾਖੀ ਮੌਕੇ ਜਿਹੜੇ ਕੇਸਰੀ ਨਿਸ਼ਾਨ ਚੁਲਾਏ ਨੇ ਉਹ ਪੂਰਾ ਅਪ੍ਰੈਲ ਮਹੀਨਾ ਚੁਲਾ ਕੇ ਰੱਖੇ ਜਾਣ ਕਮੇਟੀ ਦੇ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦਾ 450 ਸਾਲਾ ਗੁਰਤਾ ਗੱਦੀ ਦਿਵਸ ਅਤੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ 450 ਸਾਲਾ ਜੋਤੀ ਜੋਤ ਦਿਵਸ ਮਨਾਉਣ ਲਈ ਸਮਾਗਮਾਂ ਦੀ ਆਰੰਭਤਾ ਗੁਰਦਵਾਰਾ ਸ੍ਰੀ ਬੋਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਵੀ ਕਰ ਦਿੱਤੀ 16 ਤੋਂ ਲੈ ਕੇ 18 ਸਤੰਬਰ ਤੱਕ ਇਸ ਸਮਾਗਮ ਐਤਕੀ ਮਨਾਏ ਜਾਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 10 ਪਾਵਨ ਸਰੂਪ ਕਲ ਵਾਗਾ ਸਰਹੱਦ ਰਾਹੀਂ ਪਾਕਿਸਤਾਨ ਵੀ ਭੇਜੇ ਗਏ ਜਿਹੜੇ ਕਿ ਪਾਕਿਸਤਾਨ ਦੇ ਵੱਖ-ਵੱਖ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ ਪ੍ਰਕਾਸ਼ ਕੀਤੇ ਜਾਣਗੇ ਪਾਵਨ ਸਰੂਪਾਂ ਨੂੰ ਲੈਣ ਦੇ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਲੈਹੰਦੇ ਪੰਜਾਬ ਦੇ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਸਮੇਤ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਵਾਗਾ ਸਰਹੱਦ ਪਹੁੰਚੀਆਂ ਸਰਹੱਤੇ ਅਰਦਾਸ ਕਰਨ ਤੋਂ ਬਾਅਦ ਨਗਰ ਕੀਰਤਨ ਦੇ ਰੂਪ ਵਿੱਚ ਪਾਵਨ ਸਰੂਪਾਂ ਨੂੰ ਵਿਸ਼ੇਸ਼ ਪਾਲਕੀ ਸਾਹਿਬ ਵਾਲੀ ਗੱਡੀ ਦੇ ਵਿੱਚ ਰਖਵਾ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਲਜਾਇਆ ਗਿਆ। ਤਕ ਚੜੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਖਾਲਸੇ ਦੇ ਸਿਰਜਣਾ ਦਿਹਾੜੇ ਨੂੰ ਲੈ ਕੇ ਹੋ ਰਹੇ ਸਮਾਗਮ ਕੱਲ ਚੌਥੇ ਦਿਨ ਸਮਾਪਤ ਹੋ ਗਏ ਚੌਥੇ ਤੇ ਆਖਰੀ ਦਿਨ ਨਿਹੰਗ ਸਿੰਘਾਂ ਦੇ ਵੱਲੋਂ ਰਵਾਇਤੀ ਮਹੱਲਾ ਕੱਢਿਆ ਗਿਆ 96 ਕਰੋੜੀ ਸ਼੍ਰੋਮਣੀ ਪੰਥਕਾਲੀਦ ਬੁੱਢਾ ਦਲ ਦੇ ਮੁਖ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਦੇ ਵਿੱਚ ਵੱਖ-ਵੱਖ ਨਿਹੰਗ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਇਤਿਹਾਸਿਕ ਨਗਰੀ ਪਹੁੰਚੀਆਂ ਜਿੱਥੇ ਨਿਹੰਗ ਸਿੰਘਾਂ ਨੇ ਘੋੜ ਸਵਾਰੀ ਅਤੇ ਯੁੱਧ ਕਲਾ ਦੇ ਜੋਹਰ ਦਿਖਾਏ ਇਸ ਤੋਂ ਪਹਿਲਾਂ ਗਤਕਾ ਮੁਕਾਬਲੇ ਵੀ ਕਰਵਾਏ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਤਕਸ਼ਰੀ ਦਮਦਮਾ ਸਾਹਿਬ ਤੋਂ ਮਹੱਲਾ ਸਜਾਇਆ ਗਿਆ ਜਿਹੜਾ ਸਥਾਨਕ ਬੱਸ ਅੱਡੇ ਕੋਲ ਖੁੱਲੇ ਮੈਦਾਨ ਦੇ ਵਿੱਚ ਸਮਾਪਤ ਹੋਇਆ ਜਿੱਥੇ ਕੋਰਸਵਾਰ ਨੇ ਹੰਗਸ ਸਿੰਘਾਂ ਨੇ ਕੋਰਸਵਾਰੀ ਕਿਲਾ ਪੁੱਟਣਾ ਤੇ ਗੱਤਕੇ ਦੇ ਕਰਤੱਵ ਦਿਖਾਏ ਫਿਰ ਬਾਬਾ ਬਲਵੀਰ ਸਿੰਘ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਤੇ ਸਮੁੱਚੇ ਸਿੱਖ ਕੌਮ ਨੂੰ ਖਾਲਸਾ ਸਾਜਣਾ ਦਿਵਸ ਦੀ ਵਧਾਈ ਦਿੱਤੀ ਤਕਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਿੱਖ ਸੰਗਤ ਨੂੰ ਖਾਲਸੇ ਦੇ ਸਿਰਜਣਾ ਦਿਹਾੜੇ ਦੀਆਂ ਇੱਕ ਵਾਰ ਫੇਰ ਵਧਾਈਆਂ ਦਿੱਤੀਆਂ ਯੁੱਧ ਦੇ ਨਾਲ ਵੱਡੀ ਖਬਰ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਇਜ਼ਰਾਈਲ ਦੇ ਵੱਲੋਂ ਕੀਤੇ ਹਮਲਿਆਂ ਦੀ ਸ਼ੁਰੂਆਤ ਤੋਂ ਬਾਅਦ ਈਰਾਨ ਹੁਣ ਗੁੱਸੇ ਦੇ ਵਿੱਚ ਹੈ ਪਿਛਲੇ ਦਿਨੀ ਈਰਾਨ ਨੇ ਇਜ਼ਰਾਈਲ ਦਾ ਜਹਾਜ਼ ਕਬਜ਼ੇ ਵਿੱਚ ਲੈ ਲਿਆ ਸੀ ਜਿਸ ਵਿੱਚ 17 ਭਾਰਤੀ ਵੀ ਸਵਾਰ ਨੇ ਤੇ ਕੱਲ ਈਰਾਨ ਨੇ ਇਜ਼ਰਾਈਲ ਉੱਤੇ 300 ਡਰੋਨਾਂ ਤੇ ਮਿਜ਼ਾਈਲਾਂ ਦੇ ਨਾਲ ਵੱਡਾ ਹਮਲਾ ਕਰ ਦਿੱਤਾ ਅਚਾਨਕ ਕੀਤੇ ਹਮਲੇ ਦੇ ਵਿੱਚ ਸੈਂਕੜੇ ਡਰੋਨ ਬਾਲਿਸਟਿਕ ਮਿਜ਼ਾਈਲਾਂ ਤੇ ਕ੍ਰੂਜ਼ ਮਿਜ਼ਾਈਲਾਂ ਦਾਗੀਆਂ ਗਈਆਂ ਜਿਨ੍ਹਾਂ ਵਿੱਚੋਂ 99 ਫੀਸਦੀ ਨੂੰ ਹਵਾ ਦੇ ਵਿੱਚ ਹੀ ਇਜ਼ਰਾਈਲ ਦੇ ਵੱਲੋਂ ਨਸ਼ਟ ਕਰ ਦਿੱਤਾ ਗਿਆ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਬ੍ਰਿਟਾਨੀਆ ਤੇ ਹੋਰ ਮੁਲਕਾਂ ਦੇ ਨਾਲ ਮਿਲ ਕੇ ਉਸਨੇ ਹਮਲੇ ਨੂੰ ناکਾਮ ਬਣਾਇਆ ਹੈ ਇਸ ਵੱਡੇ ਹਮਲੇ ਤੋਂ ਬਾਅਦ ਵੱਡੀ ਕਾਰਵਾਈ ਤੋਂ ਬਾਅਦ ਪੱਛਮੀ ਏਸ਼ੀਆ ਦੇ ਵਿੱਚ ਤਣਾਅ ਵਧਣ ਦਾ ਖ਼ਤਰਾ ਬਣ ਗਿਆ ਹੈ ਪਾਮੀ ਇਜ਼ਰਾਈਲ ਨੇ 99% ਹਮਲਾਵਰ ਹਥਿਆਰਾਂ ਨੂੰ ناکਾਮ ਬਣਾ ਦਿੱਤਾ ਪਰ ਈਰਾਨ ਨੇ ਇਜ਼ਰਾਈਲ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਸਨੇ ਹਮਲੇ ਦਾ ਜਵਾਬ ਦੇਂਦੀ ਹਿਮਾਕਤ ਕੀਤੀ ਤਾਂ ਹੋਰ ਵੱਡਾ ਹਮਲਾ ਕੀਤਾ ਜਾਊਗਾ ਜੇ ਕਹਿੰਦੇ ਵਾਸ਼ਿੰਗਟਨ ਨੇ ਈਰਾਨ ਖਿਲਾਫ ਇਜ਼ਰਾਈਲੀ ਫੌਜ ਦੀ ਕਿਸੇ ਵੀ ਕਾਰਵਾਈ ਨੂੰ ਹਮਾਇਤ ਦਿੱਤੀ ਤਾਂ ਅਮਰੀਕੀ ਅੱਡਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਨੇ ਰੈਵੋਲਿਊਸ਼ਨਰੀ ਗਾਰਡ ਦੇ ਹਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸਨੇ ਯਹੂਦੀ ਹਕੂਮਤ ਨੂੰ ਸਬਕ ਸਿਖਾਇਆ ਹੈ ਇਰਾਨੀ ਫੌਜ ਦੇ ਚੀਫ ਆਫ ਸਟਾਫ ਮੇਜਰ ਜਨਰਲ ਮੁਹੰਮਦ ਬਗੇਰੀ ਨੇ ਦਾਵਾ ਕੀਤਾ ਕਿ ਦੋ ਇਜ਼ਰਾਈਲੀ ਫੌਜੀ ਅੱਡਿਆਂ ਨੂੰ ਉਹਨਾਂ ਦੀ ਫੌਜ ਨੇ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਹੈ ਹੁਣ ਆਪਰੇਸ਼ਨ ਕਹਿੰਦੇ ਖਤਮ ਹੋ ਗਿਆ ਹੈ ਈਰਾਨ ਦਾ ਹਮਲੇ ਜਾਰੀ ਰੱਖਣ ਦਾ ਕੋਈ ਇਰਾਦਾ ਨਹੀਂ ਹੈ ਪਰ ਜੇ ਅਮਰੀਕਾ ਨੇ ਇਜ਼ਰਾਈਲ ਤੇ ਹੋਰਨਾਂ ਨਾਲ ਮਿਲ ਕੇ ਕੋਈ ਹਮਾਕਤ ਕੀਤੀ ਤਾਂ ਅਸੀਂ ਮੂੰਹ ਤੋੜਵਾ ਜਵਾਬ ਦੇਵਾਂਗੇ ਦਰਅਸਲ ਪਹਿਲੀ ਅਪ੍ਰੈਲ 2024 ਨੂੰ ਇਜ਼ਰਾਈਲ ਵੱਲੋਂ ਕੀਤੇ ਹਵਾਈ ਹਮਲੇ ਵਿੱਚ ਈਰਾਨੀ ਸਫਾਰਤਖਾਨੇ ਦੇ ਵਿੱਚ ਉਹਨਾਂ ਦੇ ਇੱਕ ਚੋਟੀ ਦੇ ਕਮਾਂਡਰ ਸਨੇ ਸੱਤ ਰੈਵੋਲੂਸ਼ਨਰੀ ਗਾਰਡ ਯਾਨੀ ਕਿ ਉਹਨਾਂ ਦੀ ਫੌਜ ਦੇ ਸੱਤ ਗਾਰਡ ਮਾਰੇ ਗਏ ਸਨ ਜਿਸ ਤੋਂ ਬਾਅਦ ਈਰਾਨ ਨੇ ਬਦਲਾ ਲੈਣ ਦੀ ਸੌਖਾ ਦੀ ਸੀ ਇਰਾਨ ਦੀਆਂ ਚੇਤਾਵਨੀਆਂ ਦੇ ਬਾਵਜੂਦ ਅਮਰੀਕਾ ਵਰਗੇ ਦੇਸ਼ਾਂ ਦੀ ਹਮਾਇਤ ਹਾਸਲ ਕਰੀ ਬੈਠਾ ਇਜ਼ਰਾਈਲ ਅੱਖਾਂ ਦਿਖਾ ਰਿਹਾ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਆਹੁ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਹਮਲੇ ਨਾਲ ਨਜਿੱਠਣ ਦੇ ਲਈ ਤਿਆਰ ਨੇ ਇਜ਼ਰਾਈਲ-ਇਰਾਨ ਦੇ ਵਿਚਾਲੇ ਤਣਾਅ ਵਧਣ ਤੇ ਭਾਰਤ ਨੇ ਚਿੰਤਾ ਜਤਾਈ ਹੈ ਤੇ ਦੋਵੇਂ ਮੁਲਕਾਂ ਨੂੰ ਤਣਾਅ ਤੁਰੰਤ ਘਟਾਉਣ ਦੀ ਅਪੀਲ ਕੀਤੀ ਹੈ। ਇਸ ਦਰਮਿਆਨ ਇਜ਼ਰਾਈਲ ਦੇ ਵਿੱਚ ਭਾਰਤੀ ਮਿਸ਼ਨ ਨੇ ਆਪਣੇ ਨਾਗਰਿਕਾਂ ਦੇ ਲਈ ਨਵੇਂ ਸਿਰੇ ਤੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਲੋਕ ਸ਼ਾਂਤ ਰਹਿਣ, ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ, ਸਵਾਰਥਖਾਨਾ ਹਾਲਾਤਾਂ ਤੇ ਨੇੜੇ ਨਜ਼ਰ ਰੱਖ ਰਿਹਾ ਹੈ। ਉਹਨਾਂ ਨੇ ਉੱਥੇ ਰਹਿ ਰਹੇ ਭਾਰਤੀਆਂ ਨੂੰ ਇਹ ਵੀ ਭਰੋਸਾ ਦਿਵਾਇਆ ਹੈ ਕਿ ਭਾਰਤੀ ਵਿਦੇਸ਼ ਮੰਤਰਾਲਾ ਲਗਾਤਾਰ ਇਜ਼ਰਾਈਲੀ ਅਧਿਕਾਰੀਆਂ ਤੇ ਭਾਰਤੀ ਪਾਈਚਾਰੇ ਦੇ ਮੈਂਬਰਾਂ ਦੇ ਨਾਲ ਸੰਪਰਕ ਦੇ ਵਿੱਚ ਹੈ। ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀਆਂ ਉਥੇ ਕੋਸ਼ਿਸ਼ਾਂ ਕਰ ਰਿਹਾ ਹੈ ਇਸ ਦੌਰਾਨ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਆਪਣੇ ਇਜ਼ਰਾਈਲੀ ਹਮ ਰਤਬਾ ਯਾਨੀ ਕਿ ਈਰਾਨ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਵੀ ਕੀਤੀ ਅਤੇ ਇਜ਼ਰਾਈਲ ਨਾਲ ਸੰਬੰਧਿਤ ਸਮੁੰਦਰੀ ਬੇੜੇ ਵਿੱਚ ਸਵਾਰ 17 ਭਾਰਤੀ ਮਲਾਹਾਂ ਦੀ ਫੌਰੀ ਰਿਹਾਈ ਦੀ ਮੰਗ ਵੀ ਕੀਤੀ ਇਸ ਤਨਾ ਦਰਮਿਆਨ ਹਵਾਈ ਉਡਾਣਾਂ ਵੀ ਪ੍ਰਭਾਵਿਤ ਹੋ ਰਹੀਆਂ ਨੇ 에어 ਇੰਡੀਆ ਨੇ ਭਾਰਤ ਤੋਂ ਤਲ ਅਵੀਵ ਦੇ ਲਈ ਹਵਾਈ ਉਡਾਣਾਂ ਨੂੰ ਹਾਲ ਦੀ ਘੜੀ ਆਰਜ਼ੀ ਤੌਰ ਤੇ ਰੋਕ ਦਿੱਤਾ ਹੈ ਟਾਟਾ ਗਰੁੱਪ ਦੀ ਮਾਲਕੀ ਵਾਲੇ 에ਅਰਲਾਈਨਸ ਨੇ ਕਰੀ ਪੰਜ ਮਹੀਨਿਆਂ ਦੇ ਵਕਫੇ ਤੋਂ ਬਾਅਦ 3 ਮਾਰਚ ਤੋਂ ਹੀ ਤਲ ਅਵੀਵ ਦੇ ਲਈ ਸੇਵਾਵਾਂ ਸ਼ੁਰੂ ਕੀਤੀਆਂ ਸੀ ਜਿਹੜੀਆਂ ਹੁਣ ਰੋਕ ਦਿੱਤੀਆਂ ਗਈਆਂ ਨੇ ਬਰਤਾਨੀਏ ਦੇ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਨੇ ਕਿਹਾ ਕਿ ਉਹਨਾਂ ਦੇ ਮੁਲਕ ਦੀ ਫੌਜ ਦੇ ਲੜਾਕੂ ਜਹਾਜ਼ਾਂ ਨੇ ਇਰਾਨ ਵੱਲੋਂ ਇਜ਼ਰਾਈਲ ਤੇ ਦਾਗੇ ਕਈ ਡਰੋਨਾਂ ਨੂੰ ਖਤਮ ਕਰ ਦਿੱਤਾ ਹੈ ਨਾਲ ਹੀ ਉਹਨਾਂ ਟਕਰਾ ਤੋਂ ਟਕਰਾ ਨੂੰ ਵਧਨ ਤੋਂ ਬਚਨ ਦੇ ਲਈ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਹੈ ਯੂਨੋ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਦਾ ਵੀ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਦੁਨੀਆ ਇੱਕ ਹੋਰ جنگ برداشت ਨਹੀਂ ਕਰ ਸਕਦੀ ਸੰਯੁਕਤ ਰਾਸ਼ਟਰ ਦੇ ਮੁਖੀ ਨੇ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਪੱਛਮੀ ਏਸ਼ੀਆ ਵਿੱਚ ਕਈ ਮੋਰਚਿਆਂ ਤੇ ਵੱਡੇ ਫੌਜੀ ਟਕਰਾਅ ਨੂੰ ਪੜਕਾਉਣ ਵਾਲੀ ਕਿਸੇ ਵੀ ਕਾਰਵਾਈ ਤੋਂ ਬਚਣ ਦੇ ਲਈ ਵਾਦ ਤੋਂ ਵਾਦ ਸੰਜਮ ਵਰਤਣ ਸੁਇਨਾ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਇਹੀ ਖਦਸ਼ਾ ਚਿਤਾਇਆ ਜਾ ਰਿਹਾ ਹੈ ਕਿ ਦੁਨੀਆ ਇੱਕ ਹੋਰ ਵੱਡੀ ਜੰਗ ਵੱਲ ਵੱਧ ਰਹੀ ਹੈ ਇਸ ਤੋਂ ਪਹਿਲਾਂ ਇਜ਼ਰਾਈਲ ਤੇ ਗਾਜ਼ਾ ਅਤੇ ਯੂਕਰੇਨ ਅਤੇ ਰੂਸ ਦਰਮਿਆਨ ਲੰਬੇ ਸਮੇਂ ਤੋਂ ਲੜਾਈ ਚੱਲ ਹੀ ਰਹੀ ਹੈ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਭਾਰਤੀ ਨਾਗਰਿਕ ਸਰਵਜੀਤ ਸਿੰਘ ਕਾਂਡ ਦੇ ਵਿੱਚ ਸ਼ਾਮਿਲ ਆਮਰ ਸਰਫਰਾਜ਼ ਤਾਂਬਾ ਦਾ ਕੱਲ ਅਣਪਛਾਤੇ ਬੰਦੂਕਧਾਰੀਆਂ ਨੇ ਲਾਹੌਰ ਦੇ ਵਿੱਚ ਗੋਲੀਆਂ ਮਾਰ ਕੇ ਖਾਤਮਾ ਕਰ ਦਿੱਤਾ ਉਹ ਦਾਅਸਤ ਦੀ ਜਥੇਬੰਦੀ ਲਸ਼ਕਰੇ ਤੋਇਬਾ ਦਿਵਾਨੀ ਹਾਫਿਜ਼ ਸੈਯਦ ਦਾ ਨੇੜਲਾ ਸਹਿਯੋਗੀ ਦੱਸਿਆ ਜਾ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਇਹ ਕਾਂਡ ਮਿੱਥ ਕੇ ਕੀਤਾ ਗਿਆ ਸਰਵਜੀਤ ਸਿੰਘ ਨੂੰ ਖਤਮ ਕਰਨ ਵਾਲੇ ਆਮੀਰ ਤਾਂਬਾ ਦੇ ਖਾਤਮੇ ਨੂੰ ਸੁਪਾਰੀ ਲੈ ਕੇ ਬਦਲਾ ਲੈਣ ਦੀ ਕਾਰਵਾਈ ਵਜੋਂ ਵੀ ਦੇਖਿਆ ਜਾ ਰਿਹਾ ਹੈ ਸਥਾਨਕ ਲੋਕਾਂ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਪਿਛਲੇ ਕੁਝ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਤਾਂਬਾ ਤੇ ਲਾਹੌਰ ਦੇ ਸਲਾਮਪੁਰਾ ਇਲਾਕੇ ਵਿੱਚ ਹਮਲਾ ਕੀਤਾ ਤੁਰੰਤ ਉਸ ਨੂੰ ਹਸਪਤਾਲ ਵੀ ਲਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ 49 ਸਾਲ ਦੇ ਸਰਵਜੀਤ ਸਿੰਘ ਤੇ ਉੱਚ ਸੁਰੱਖਿਆ ਵਾਲੀ ਪਾਕਿਸਤਾਨ ਦੀ ਕੋਰਟ ਲਖਪਤ ਜੇਲ੍ਹ ਦੇ ਵਿੱਚ 2013 ਦੇ ਵਿੱਚ ਤਾਂਬਾ ਸਮੇਤ ਹੋਰ ਹਵਾਲਾਤੀਆਂ ਨੇ ਹਮਲਾ ਕਰ ਦਿੱਤਾ ਸੀ ਤੇ ਹਫਤੇ ਬਾਅਦ ਸਰਬਜੀਤ ਸਿੰਘ ਦੀ ਲਾਹੌਰ ਦੇ ਜਿੰਨਾ ਹਸਪਤਾਲ ਦੇ ਵਿੱਚ 2 ਮਈ 2013 ਨੂੰ ਦਿਲ ਦਾ ਦੌਰਾ ਪੈਣ ਕਰਕੇ ਜਾਨ ਚਲੀ ਗਈ ਸੀ ਉਸ ਤੋਂ ਬਾਅਦ ਕੀ ਕਿੰਨਾ ਵੱਡਾ ਮੁੱਦਾ ਇਹ ਦੋਵੇਂ ਮੁਲਕਾਂ ਦੇ ਵਿਚਾਲੇ ਬਣਿਆ ਸੀ ਇਹ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਵੇਗਾ ਚੰਡੀਗੜ੍ਹ ਵਾਲਿਆਂ ਨੂੰ ਅੱਜ ਤੋਂ ਬਹੁਤ ਸਾਵਧਾਨ ਰਹਿਣਾ ਪਵੇਗਾ ਕਿਉਂਕਿ ਜੇ ਤੁਸੀਂ ਪਾਣੀ ਦੀ ਬਰਬਾਦੀ ਕੀਤੀ ਤਾਂ 5000 ਜਾਂ ਉਸ ਤੋਂ ਵੱਧ ਜੁਰਮਾਨਾ ਵੀ ਲੱਗ ਸਕਦਾ ਹੈ। ਪਿਛਲੇ ਦਿਨੀ ਚੰਡੀਗੜ੍ਹ ਨਗਰ ਨਿਗਮ ਨੇ ਸਖਤ ਫੈਸਲਾ ਲੈਂਦੇ ਹੋਏ ਹੁਕਮ ਸੁਣਾਇਆ ਸੀ ਕਿ ਪਾਣੀ ਦੀ ਬਰਬਾਦੀ ਕਰਨ ਵਾਲੇ ਚੰਡੀਗੜ੍ਹ ਦੇ ਲੋਕਾਂ ਦੇ ਖਿਲਾਫ ਹੁਣ ਸਖਤੀ ਕੀਤੀ ਜਾਊਗੀ। 15 ਅਪ੍ਰੈਲ ਸੋਮਵਾਰ ਤੋਂ ਜੇ ਕੋਈ ਪਾਣੀ ਦੀ ਬਰਬਾਦੀ ਕਰਦਾ ਦਿਖਾਈ ਦਿੱਤਾ ਤਾਂ 5000 ਦਾ ਜੁਰਮਾਨਾ ਲਾਇਆ ਜਾਊਗਾ ਤੇ ਉਸ ਦਾ ਪਾਣੀ ਦਾ ਕਨੈਕਸ਼ਨ ਵੀ ਕੱਟ ਦਿੱਤਾ ਜਾਊਗਾ। ਨਿਯਮਾਂ ਨੂੰ ਤੋੜਨ ਲਈ ਨਿਗਮ ਦੇ ਵੱਲੋਂ ਕੋਈ ਵੱਖਰਾ ਨੋਟਿਸ ਨਹੀਂ ਭੇਜਿਆ ਜਾਊਗਾ ਤੇ ਇਹ ਕਾਰਵਾਈ 30 ਜੂਨ ਤੱਕ ਜਾਰੀ ਰਹੇਗੀ। ਜੁਰਮਾਨਾ ਪਾਣੀ ਦੇ ਬਿੱਲ ਵਿੱਚ ਜੁੜ ਕੇ ਆਊਗਾ। ਹਦਾਇਤਾਂ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜੇ ਤੁਸੀਂ ਪਾਣੀ ਦੀਆਂ ਪਾਈਪਾਂ ਦੇ ਨਾਲ ਆਪਣੇ ਬਾਗਾਂ ਨੂੰ ਧੋਵੋਗੇ ਜਾਂ ਫਿਰ ਆਪਣੇ ਲੌਨ ਨੂੰ ਯਾਨੀ ਕਿ ਬਗੀਚੇ ਨੂੰ ਪਾਣੀ ਦਿਓਗੇ ਤਾਂ ਇਸ ਨੂੰ ਨਿਯਮਾਂ ਦੀ ਉਲੰਘਣਾ ਮੰਨਿਆ ਜਾਊਗਾ। ਨਗਰ ਨਿਗਮ ਨੇ ਤੁਹਾਡੇ ਸਭ ਤੇ ਨਜ਼ਰ ਰੱਖਣ ਦੇ ਲਈ 18 ਟੀਮਾਂ ਦਾ ਗਠਨ ਕਰ ਦਿੱਤਾ ਹੈ ਜੋ ਹੁਣ ਹਰ ਇਲਾਕੇ ਦੇ ਵਿੱਚ ਗਸ਼ਤ ਕਰਦੀਆਂ ਦਿਖਾਈ ਦੇਣਗੀਆਂ। ਕੱਲ ਮੁੰਬਈ ਦੇ ਵਿੱਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਪੁਲਿਸ ਨੇ ਦੱਸਿਆ ਕਿ ਅਦਾਕਾਰ ਦੇ ਘਰ ਤੋਂ 1.5 ਕਿਲੋਮੀਟਰ ਦੀ ਦੂਰੀ ਤੇ ਦੁਪਈਆ ਵਾਨ ਬਰਾਮਦ ਹੋਇਆ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਇਸੇ ਤੇ ਹੀ ਆਏ ਸਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਘਟਨਾ ਨੂੰ ਮਨਪਾਗਾ ਦੱਸਦੇ ਹੋਏ ਸਲਮਾਨ ਖਾਨ ਨੂੰ ਹਰ ਸੰਭਵ ਮਦਦ ਦੇਣ ਦਾ ਪ੍ਰੋਸਾ ਵੀ ਦਿੱਤਾ ਇਸ ਦਰਮਿਆਨ ਲਾਰੈਂਸ ਬਿਸ਼ਨੋਈ ਗਰੋ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ। ਲਾਰੈਂਸ ਬਿਸ਼ਨੋਈ ਦੇ ਅਮਰੀਕਾ ਰਹਿੰਦੇ ਭਰਾ ਅਨਮੋਲ ਬਿਸ਼ਨੋਈ ਨੇ ਗੋਲੀਬਾਰੀ ਦੀ ਇਸ ਘਟਨਾ ਨੂੰ ਸਲਮਾਨ ਖਾਨ ਦੇ ਲਈ ਪਹਿਲੀ ਤੇ ਆਖਰੀ ਚੇਤਾਵਨੀ ਦੱਸਿਆ ਹੈ। ਅਨਮੋਲ ਨੇ ਕਿਹਾ ਕਿ ਅਗਲੀ ਵਾਰੀ ਗੋਲੀ ਕੰਦਾਂ ਜਾਂ ਖਾਲੀ ਘਰਾਂ ਤੇ ਨਹੀਂ ਚੱਲੇਗੀ। ਇਸ ਨੂੰ ਲੈ ਕੇ ਬਿਸ਼ਨੋਈ ਗਰੁੱਪ ਨੇ ਫੇਸਬੁੱਕ ਤੇ ਪੋਸਟ ਪਾਈ ਹੈ ਤੇ ਸਲਮਾਨ ਖਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਹ ਸਿਰਫ ਟ੍ਰੇਲਰ ਹੈ ਸਾਡੇ ਸਬਰ ਦਾ। ਸਲਮਾਨ ਖਾਨ ਹੋਰ ਇਮਤਿਹਾਨ ਨਾ ਲਵੇ। ਕੱਲ ਪਏ ਮੀਂਹ ਤੋਂ ਬਾਅਦ ਅੱਜ ਵੀ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਹਲਕਾ ਮੀਂਹ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ ਜਦਕਿ ਕੱਲ ਪਰਸੋਂ ਤੇ ਚੌਥੇ یعنی ਕਿ 16 17 ਤੇ 18 April ਨੂੰ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਤੇ ਕੱਲ ਪਏ ਬੇਮੌਸਮੀ ਮੀਂਹ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੁੱਕਣੇ ਪਾ ਦਿੱਤੇ ਨੇ ਮੀਂਹ ਕਰਕੇ ਕਿਸਾਨਾਂ ਨੂੰ ਤਿਆਰ ਖੜੀਹਾੜੀ ਦੀ ਫਸਲ ਪ੍ਰਭਾਵਿਤ ਹੋਣ ਦਾ ਜ਼ਾਹਿਰ ਤੌਰ ਤੇ ਡਰ ਸਤਾ ਰਿਹਾ ਹੈ ਤੇ ਮੰਡੀਆਂ ਦੇ ਵਿੱਚ ਜਿਹੜੀ ਕਣਕ ਦੀ ਫਸਲ ਪਈ ਹੈ ਉਹ ਵੀ ਕਾਫੀ ਹੱਦ ਤੱਕ ਗਿੱਲੀ ਹੋ ਗਈ ਹੈ ਭਿੱਜ ਗਈ ਹੈ ਜ਼ਿਆਦਾਤਰ ਥਾਵਾਂ ਤੇ ਤਾਂ ਕਣਕ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਪਰ ਕਈ ਥਾਵਾਂ ਤੇ ਹਾਲੇ ਵੀ ਪਛੜ ਕੇ ਹੈ ਇਸ ਵਕਤ ਪੰਜਾਬ ਦੇ 19 ਜ਼ਿਲ੍ਹਿਆਂ ਦੀਆਂ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਸਿਰਫ ਪਠਾਨਕੋਟ ਗੁਰਦਾਸਪੁਰ ਤੇ ਅੰਮ੍ਰਿਤਸਰ ਦੀਆਂ ਮੰਡੀਆਂ ਦੇ ਵਿੱਚ ਹਾਲੇ ਕਣਕ ਪਹੁੰਚਣੀ ਚਾਲੂ ਨਹੀਂ ਹੋਈ ਪਟਿਆਲਾ ਤੇ ਮਾਨਸਾ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਵੱਧ ਕਣਕ ਪਹੁੰਚੀ ਹੈ ਅਜਿਹੇ ਮੌਸਮ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਮੰਡੀਆਂ 'ਚ ਕੀਤੇ ਪ੍ਰਬੰਧਾਂ ਦੀ ਪੋਲ ਵੀ ਖੁੱਲੀ ਹੈ ਕਿਉਂਕਿ ਜ਼ਿਆਦਾਤਰ ਥਾਵਾਂ ਤੇ ਮੰਡੀਆਂ ਵਿੱਚ ਲੋੜਿੰਦੀਆਂ ਤਰਪਾਲਾਂ ਨਾ ਹੋਣ ਕੇ ਛੱਡਾਂ ਨਾ ਹੋਣ ਕਰਕੇ ਛੱਡਾਂ ਤੋਂ ਬਾਹਰ ਪਈ ਫਸਲ ਮੀਂਹ ਦੀ ਲਪੇਟ ਵਿੱਚ ਆਈ ਹੈ ਕੱਲ ਪੰਜਾਬ ਦੇ ਪਟਿਆਲਾ ਸ਼ਹਿਰ ਦੇ ਵਿੱਚ ਸਭ ਤੋਂ ਵੱਧ 5.4 ਐਮ ਐਮ ਮੀ ਪਿਆ ਚੰਡੀਗੜ੍ਹ ਦੇ ਵਿੱਚ 1 ਐਮ ਐਮ ਲੁਧਿਆਣੇ 'ਚ 1.4 ਐਮ ਐਮ ਇਸ ਤਰ੍ਹਾਂ ਮੋਹਾਲੀ ਦੇ ਵਿੱਚ ਡੇਢ ਐਮ ਐਮ ਤੇ ਨਵਾਂ ਸ਼ਹਿਰ 'ਚ ਵੀ 1 ਐਮ ਐਮ ਮੀ ਪਿਆ ਹੈ ਪਠਾਨਕੋਟ ਫਰੀਦਕੋਟ ਗੁਰਦਾਸਪੁਰ ਜਲੰਧਰ ਤੇ ਹੋਰ ਨਾ ਕਈ ਸ਼ਹਿਰਾਂ ਦੇ ਵਿੱਚ ਹਲਕੀ ਕਿਣਮਣ ਹੋਈ ਹੈ ਚੰਡੀਗੜ੍ਹ ਦੇ ਵਿੱਚ ਵੀ ਮੌਸਮ ਵਿਭਾਗ ਨੇ ਅੱਜ ਹਲਕਾ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ ਪੂਰੇ ਪੰਜਾਬ ਸਣੇ ਚੰਡੀਗੜ੍ਹ ਅਤੇ ਹਰਿਆਣਾ ਦੇ ਵਿੱਚ ਪਏ ਹਲਕੀ ਮੀਂਹ ਮੌਸਮ ਦੇ ਵਿੱਚ ਜ਼ਰੂਰ ਠੰਡਕ ਲਿਆ ਦਿੰਦੀ ਹੈ ਭਾਵੇਂ ਗਰਮੀ ਹਾਲੇ ਬਹੁਤ ਜ਼ਿਆਦਾ ਨਹੀਂ ਹੋਈ ਪਰ ਜਿੰਨੀ ਖੋਈ ਹੈ ਉਸ ਦੇ ਵਿੱਚ ਇਸ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੰਦੀ ਹੈ